ਗੁਰੂ ਗਣੇ ਵੀਰ ਜੀ ਸੋ ਸਰਬ ਕਿਰਪਾ ਕਰੋ ਮਾਧੋ ਕਰਦੇ ਆਪਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 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 ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 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 ਜੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਇੱਕ ਵਾਰ ਸੰਗਤ 'ਚ ਆਈ ਥਿੰਕ ਦਿੱਲੀ ਦੱਸਿਆ ਸੀ ਕਿ ਜਦੋਂ ਇਹ ਦਿਮਾਗ 'ਚ ਚੱਲ ਰਿਹਾ ਸੀ ਨਾ ਆਈਡੀਆ ਅਤੇ ਮਨ 'ਚ ਇੱਦਾਂ ਚੱਲਿਆ ਕਿ ਜਿਹੜੀ ਪਹਿਲੋ ਇਹ ਤਿੰਨ ਪਾਰਟ ਨੇ ਸੋ ਪਹਿਲਾ ਪਾਰਟ ਜਿਹੜਾ ਨਾ ਉਹਦੇ ਵਿੱਚ ਇੱਦਾਂ ਵਾ ਕਿ ਜਿਵੇਂ ਆਦਮੀ ਨੋਰਮਲ ਦਾਤਾ ਮੰਗਣ ਵਾਸਤੇ ਸਿਮਰਨ ਕਰਦਾ ਅਰਦਾਸਾਂ ਕਰਦਾ ਜਦੋਂ ਨੋਰਮਲ ਸਿਮਰਨ ਕਰਦਾ ਕਿ ਜਾਂ ਸਹਿ ਸਮਾਏ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ ਫਿਰ ਇੱਕ ਤਾਂ ਉੱਠਦੀ ਹੈ ਕਿ ਮਹਾਰਾਜ ਸੁਣਦੇ ਵੀ ਪਏ ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀ ਜਾ ਰਿਹਾ ਸਤਿਗੁਰ ਸੁਣਦੇ ਪਏ ਨੇ ਕਹਿੰਦੇ ਅਤੇ ਫਿਰ ਥੋੜ੍ਹਾ ਵਿਰਾਗ ਵਿੱਚ ਆ ਕੇ ਨਾ ਬੇਨਤੀ ਇਹ ਕਰਦਾ ਕਿ ਹੁਣ ਦਰਸ਼ਨ ਦਿਓ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਕੋਈ ਸਾਈਨ ਦਿਓ ਕਿ ਤੁਸੀਂ ਸੁਣ ਵੀ ਰਹੇ ਹੋ ਕਿ ਨਹੀਂ ਅਤੇ ਫਿਰ ਤੀਜੀ ਅਵਸਥਾ ਆਉਂਦੀ ਹੈ ਕਿ ਅੱਗੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਅੱਗੋਂ ਜਵਾਬ ਆਉਣੇ ਸ਼ੁਰੂ ਹੋ ਜਾਂਦੇ ਸੋ ਜਦੋਂ ਪਹਿਲਾਂ ਆਪਾਂ ਵਾਹਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਹੁਣ ਮਨ ਭਜ ਗਿਆ ਹੁਣ ਬੇਨਤੀ ਕਰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਵਾਬ ਮਿਲਣੇ ਸ਼ੁਰੂ ਹੋ ਜਾਂਦੇ ਫਿਰ ਕਹਿੰਦਾ ਜੀ ਪਿਤਾ ਜੀ ਯਾ ਡੈਡ ਯਸ ਹਾਂਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
सुखदाई पुरख विधाते तू सुखदाई राजा महाराजा
निको ठाकुर देसा, निको ठाकुर देसा, इतनी को